ਜਦੋਂ ਤੁਹਾਨੂੰ ਆਪਣੇ ਫੋਨ 'ਚ ਰਿਚਾਰਜ ਕਰਨ ਲਈ ਵੱਧ ਪੈਸੇ ਖਰਚ ਕਰਨੇ ਪੈਣਗੇ। ਤੁਹਾਨੂੰ ਦੱਸ ਦਈਏ ਕਿ ਖਬਰਾਂ ਭਾਰਤੀ ਟੈਲੀਕਾਮ ਜਗਤ ਤੋਂ ਆ ਰਹੀਆਂ ਨੇ, ਜਿੱਥੇ ਹਰ ਇੱਕ ਕੰਪਨੀ ਨੇ ਆਪਣੇ ਯੂਜ਼ਰਸ ਦੇ ਰਿਚਾਰਜ ਪਲਾਨ ਦੇ ਵਿੱਚ ਵਾਧਾ ਕਰ ਦਿੱਤਾ ਹੈ। ਅਤੇ ਇਸ ਬਦਲਦੇ ਮੌਸਮ ਦੇ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਜੀਓ ਨੇ ਵੀ ਆਪਣੇ ਰਿਚਾਰਜ ਪਲਾਨ ਦੇ ਵਿੱਚ ਵਾਧਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਆਪਣੇ ਯੂਜ਼ਰਸ ਨੂੰ ਝਟਕਾ ਦਿੰਦੇ ਹੋਏ ਸੂਚਿਤ ਕੀਤਾ ਕਿ ਅਗਲੇ ਮਹੀਨੇ ਤੋਂ ਉਹਨਾਂ ਦੇ ਰਿਚਾਰਜ ਪਲਾਨਸ ਦੇ ਵਿੱਚ ਵੀ ਵਾਧਾ ਹੋ ਜਾਵੇਗਾ। ਰਿਲਾਇੰਸ ਜੀਓ ਨੇ 3 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਆਪਣੇ ਟੈਰਿਫ ਪਲਾਨ ਦੇ ਵਿੱਚ 12.5% ਤੋਂ 25% ਤੱਕ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਮਸ਼ਹੂਰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਏਅਰਟੈੱਲ ਦੀਆਂ ਵੱਧਦੀਆਂ ਦਰਾਂ ਵੀ 3 ਜੁਲਾਈ ਤੋਂ ਲਾਗੂ ਹੋ ਜਾਣਗੀਆਂ। ਏਅਰਟੈੱਲ ਦਾ ਪਲਾਨ ਜੋ 2 GB ਡੇਟਾ ਦੇ ਨਾਲ ਅਨਲਿਮਿਟਿਡ ਵੋਇਸ ਕਾਲਿੰਗ ਦੀ ਸੁਵਿਧਾ ਦਿੰਦਾ ਸੀਗਾ, ਇਸ ਪਲਾਨ ਦੀ ਕੀਮਤ ਹੁਣ 179 ਤੋਂ ਵਧਾ ਕੇ 199 ਰੁਪਏ ਕਰ ਦਿੱਤੀ ਹੈ। 455 ਤੋਂ ਲੈ ਕੇ 1799 ਰੁਪਏ ਤੱਕ ਹੋਰ ਪਲਾਨ ਦੀਆਂ ਕੀਮਤਾਂ ਵਿੱਚ ਅਜਿਹਾ ਹੀ ਵਾਧਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵੋਡਾਫੋਨ ਆਈਡੀਆ VI ਨੇ ਵੀ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਜੀਓ ਅਤੇ ਏਅਰਟੈੱਲ ਦੀ ਤਰ੍ਹਾਂ ਕੰਪਨੀ ਨੇ ਵੀ ਆਪਣੇ ਪਲਾਨ ਦੀਆਂ ਕੀਮਤਾਂ 'ਚ 600 ਰੁਪਏ ਦਾ ਵਾਧਾ ਕੀਤਾ ਹੈ। ਪਹਿਲਾਂ ਇਸ ਕੰਪਨੀ ਨੇ ਯੂਜ਼ਰਸ ਨੂੰ ਘੱਟ ਕੀਮਤਾਂ 'ਤੇ ਆਕਰਸ਼ਕ ਪਲਾਨ ਦਿੱਤੇ ਸਨ, ਪਰ ਹੁਣ ਮਹਿੰਗਾਈ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ। ਨਵੀਆਂ ਦਰਾਂ 4 ਜੁਲਾਈ 2024 ਤੋਂ ਲਾਗੂ ਹੋ ਜਾਣਗੀਆਂ। ਅਗਲੇ ਮਹੀਨੇ ਤੋਂ ਤੁਹਾਨੂੰ ਆਪਣੇ ਫੋਨ 'ਚ ਰਿਚਾਰਜ ਕਰਨ ਲਈ ਵੱਧ ਪੈਸੇ ਖਰਚ ਕਰਨੇ ਪੈਣਗੇ। ਤੁਹਾਨੂੰ ਦੱਸ ਦਈਏ ਕਿ ਖਬਰਾਂ ਭਾਰਤੀ ਟੈਲੀਕਾਮ ਜਗਤ ਤੋਂ ਆ ਰਹੀਆਂ ਨੇ, ਜਿੱਥੇ ਹਰ ਇੱਕ ਕੰਪਨੀ ਨੇ ਆਪਣੇ ਯੂਜ਼ਰਸ ਦੇ ਰਿਚਾਰਜ ਪਲਾਨ ਦੇ ਵਿੱਚ ਵਾਧਾ ਕਰ ਦਿੱਤਾ ਹੈ। ਅਤੇ ਇਸ ਬਦਲਦੇ ਮੌਸਮ ਦੇ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਜੀਓ ਨੇ ਵੀ ਆਪਣੇ ਰਿਚਾਰਜ ਪਲਾਨ ਦੇ ਵਿੱਚ ਵਾਧਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਆਪਣੇ ਯੂਜ਼ਰਸ ਨੂੰ ਝਟਕਾ ਦਿੰਦੇ ਹੋਏ ਸੂਚਿਤ ਕੀਤਾ ਕਿ ਅਗਲੇ ਮਹੀਨੇ ਤੋਂ ਉਹਨਾਂ ਦੇ ਰਿਚਾਰਜ ਪਲਾਨਸ ਦੇ ਵਿੱਚ ਵੀ ਵਾਧਾ ਹੋ ਜਾਵੇਗਾ। ਰਿਲਾਇੰਸ ਜੀਓ ਨੇ 3 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਆਪਣੇ ਟੈਰਿਫ ਪਲਾਨ ਦੇ ਵਿੱਚ 12.5% ਤੋਂ 25% ਤੱਕ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਮਸ਼ਹੂਰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਏਅਰਟੈੱਲ ਦੀਆਂ ਵੱਧਦੀਆਂ ਦਰਾਂ ਵੀ 3 ਜੁਲਾਈ ਤੋਂ ਲਾਗੂ ਹੋ ਜਾਣਗੀਆਂ। ਏਅਰਟੈੱਲ ਦਾ ਪਲਾਨ ਜੋ 2 GB ਡੇਟਾ ਦੇ ਨਾਲ ਅਨਲਿਮਿਟਿਡ ਵੋਇਸ ਕਾਲਿੰਗ ਦੀ ਸੁਵਿਧਾ ਦਿੰਦਾ ਸੀਗਾ, ਇਸ ਪਲਾਨ ਦੀ ਕੀਮਤ ਹੁਣ 179 ਤੋਂ ਵਧਾ ਕੇ 199 ਰੁਪਏ ਕਰ ਦਿੱਤੀ ਹੈ। 455 ਤੋਂ ਲੈ ਕੇ 1799 ਰੁਪਏ ਤੱਕ ਹੋਰ ਪਲਾਨ ਦੀਆਂ ਕੀਮਤਾਂ ਵਿੱਚ ਅਜਿਹਾ ਹੀ ਵਾਧਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵੋਡਾਫੋਨ ਆਈਡੀਆ VI ਨੇ ਵੀ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਜੀਓ ਅਤੇ ਏਅਰਟੈੱਲ ਦੀ ਤਰ੍ਹਾਂ ਕੰਪਨੀ ਨੇ ਵੀ ਆਪਣੇ ਪਲਾਨ ਦੀਆਂ ਕੀਮਤਾਂ 'ਚ 600 ਰੁਪਏ ਦਾ ਵਾਧਾ ਕੀਤਾ ਹੈ। ਪਹਿਲਾਂ ਇਸ ਕੰਪਨੀ ਨੇ ਯੂਜ਼ਰਸ ਨੂੰ ਘੱਟ ਕੀਮਤਾਂ 'ਤੇ ਆਕਰਸ਼ਕ ਪਲਾਨ ਦਿੱਤੇ ਸਨ, ਪਰ ਹੁਣ ਮਹਿੰਗਾਈ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ। ਨਵੀਆਂ ਦਰਾਂ 4 ਜੁਲਾਈ 2024 ਤੋਂ ਲਾਗੂ ਹੋ ਜਾਣਗੀਆਂ।